ਪਹਿਲੇ ਦਿਨ ਤੋਂ ਖਨੌਰੀ ਬਾਰਡਰ ਤੇ ਬਿਜਲੀ ਵਿਵਸਥਾ ਦੀ ਦੇਖਰੇਖ ਕਰ ਰਹੇ ਗੁਰਮੀਤ ਸਿੰਘ ਕਿਸਾਨਾਂ ਦੇ ਮੋਰਚੇ ਤੇ ਖੁਦਕੁਸ਼ੀ ਕਰ ਲਈ। ਗੁਰਮੀਤ ਸਿੰਘ ਦਾ ਕਿਸਾਨ ਅੰਦੋਲਨ ਪ੍ਰਤੀ ਸਮਰਪਣ ਇੰਨਾ ਸੀ ਕਿ ਉਹ ਆਪਣੇ ਘਰ ਵੀ ਨਹੀਂ ਗਿਆ। ਪੁੱਤਰ ਦਾ ਵਿਆਹ ਸੀ। ਬਹੁਤ ਘੱਟ ਬੋਲਣ ਵਾਲੇ ਗੁਰਮੀਤ ਸਿੰਘ ਨੇ ਦੋ ਦਿਨ ਪਹਿਲਾਂ ਜਗਜੀਤ ਸਿੰਘ ਦੱਲੇਵਾਲ ਨੂੰ ਬੜੇ ਦੁਖੀ ਹਿਰਦੇ ਨਾਲ ਪੁੱਛਿਆ ਸੀ, ਪ੍ਰਧਾਨ ਜੀ ਕਿਸਾਨਾਂ ਨਾਲ ਇੰਨੀ ਨਫ਼ਰਤ ਕਿਉਂ ਕਰਦੇ ਨੇ? ਪਤਾ ਨਹੀਂ ਇਹ ਸਰਕਾਰ ਅਤੇ ਸਿਸਟਮ ਹੋਰ ਕਿੰਨੇ ਕਿਸਾਨਾਂ ਦੀ ਬਲੀ ਦੇਵੇਗਾ। ਲੁਧਿਆਣਾ ਲਾਈਵ ਲਈ ਬਿਊਰੋ ਰਿਪੋਰਟ। ਪਹਿਲੇ ਦਿਨ ਤੋਂ ਖਨੌਰੀ ਬਾਰਡਰ ਤੇ ਬਿਜਲੀ ਵਿਵਸਥਾ ਦੀ ਦੇਖਰੇਖ ਕਰ ਰਹੇ ਗੁਰਮੀਤ ਸਿੰਘ ਕਿਸਾਨਾਂ ਦੇ ਮੋਰਚੇ ਤੇ ਖੁਦਕੁਸ਼ੀ ਕਰ ਲਈ। ਗੁਰਮੀਤ ਸਿੰਘ ਦਾ ਕਿਸਾਨ ਅੰਦੋਲਨ ਪ੍ਰਤੀ ਸਮਰਪਣ ਇੰਨਾ ਸੀ ਕਿ ਉਹ ਆਪਣੇ ਘਰ ਵੀ ਨਹੀਂ ਗਿਆ। ਪੁੱਤਰ ਦਾ ਵਿਆਹ ਸੀ। ਬਹੁਤ ਘੱਟ ਬੋਲਣ ਵਾਲੇ ਗੁਰਮੀਤ ਸਿੰਘ ਨੇ ਦੋ ਦਿਨ ਪਹਿਲਾਂ ਜਗਜੀਤ ਸਿੰਘ ਦੱਲੇਵਾਲ ਨੂੰ ਬੜੇ ਦੁਖੀ ਹਿਰਦੇ ਨਾਲ ਪੁੱਛਿਆ ਸੀ, ਪ੍ਰਧਾਨ ਜੀ ਕਿਸਾਨਾਂ ਨਾਲ ਇੰਨੀ ਨਫ਼ਰਤ ਕਿਉਂ ਕਰਦੇ ਨੇ? ਪਤਾ ਨਹੀਂ ਇਹ ਸਰਕਾਰ ਅਤੇ ਸਿਸਟਮ ਹੋਰ ਕਿੰਨੇ ਕਿਸਾਨਾਂ ਦੀ ਬਲੀ ਦੇਵੇਗਾ। ਲੁਧਿਆਣਾ ਲਾਈਵ ਲਈ ਬਿਊਰੋ ਰਿਪੋਰਟ।